ਪੁੱਛਿਆ ਸੀ ਨਾ ਜੀ ਹਰਿੰਦਰ ਸਿੰਘ ਨੇ ਇੰਗਲੈਂਡ ਪੁੱਛਿਆ ਕਹਿੰਦਾ ਤੁਸੀਂ ਸਾਖੀ ਸੁਣਾਓ ਵੀ ਗੁਰੂ ਨਾਨਕ ਪਾਤਸ਼ਾਹ ਜਦੋਂ ਦੁਨੀਆ ਚੋਂ ਗਏ ਤੇ ਕਿਵੇਂ ਗਏ ਤੇ ਪਤਾ ਕੀ ਸੁਣਾਇਆ ਕਹਿੰਦੇ ਰਾਤ ਨੂੰ ਸਰੀਰ ਸੀ ਸਵੇਰੇ ਚਾਦਰ ਹੀ ਰਹਿ ਗਈ ਸੀ ਹਿੰਦੂ ਲੜ ਪਏ ਮੁਸਲਮਾਨ ਲੜ ਪਏ ਹਿੰਦੂ ਕਹਿੰਦੇ ਬਾਬਾ ਸਾਡਾ ਮੁਸਲਮਾਨ ਕਹਿੰਦੇ ਬਾਬਾ ਸਾਡਾ ਸਿੱਖ ਕਿੱਥੇ ਸੀ ਉੱਥੇ ਸਿੱਖਾਂ ਦਾ ਜ਼ਿਕਰ ਹੀ ਨਹੀਂ ਕੀਤੇ ਜਿਹੜਾ ਗੁਰੂ ਨਾਨਕ ਦਾ ਹੋ ਗਿਆ ਉਹ ਹਿੰਦੂ ਹਿੰਦੂ ਨਹੀਂ ਰਿਹਾ ਤੇ ਜਿਹੜਾ ਮੁਸਲਮਾਨ ਗੁਰੂ ਨਾਨਕ ਦੇ ਸਰੀਰ ਲਈ ਲੜਦਾ ਉਹ ਫਿਰ ਮੁਸਲਮਾਨ ਮੁਸਲਮਾਨ ਨਹੀਂ ਰਿਹਾ ਗੋਲਮੋਲ ਨਹੀਂ ਸਾਰੀ ਗੱਲ ਦਾਲ 'ਚ ਕੁਝ ਕਾਲਾ ਨਹੀਂ ਸਾਰੀ ਦਾਲ ਹੀ ਕਾਲੀ ਹੈ ਆਖੋ ਸਤਨਾਮ ਗੱਲ ਕੁਝ ਹੋਰ ਹੈ ਤੇ ਦੱਸਿਆ ਸਾਨੂੰ ਕੁਝ ਹੋਰ ਹੈ ਇਹ ਗਹਿਰੀਆਂ ਗੱਲਾਂ ਇਹਦੇ ਤੇ ਸਵਾਲ ਕਰਦੇ ਆ ਵੀ ਸੂਰਜ ਪ੍ਰਕਾਸ਼ ਵਿੱਚ ਆਹ ਕੀ ਲਿਖਿਆ ਪਿਆ ਫਿਰ ਗੱਲ ਪੈ ਜਾਂਦੀ ਹੈ ਜਥੇਦਾਰ ਸ੍ਰੀ ਅਕਾਲ ਤਖਤ ਇੰਗਲੈਂਡ ਘੁੰਮ ਕੇ ਆਏ ਆ ਜਿੰਨੇ ਗੁਰਦੁਆਰਿਆਂ 'ਚ ਗਏ ਆ ਉੱਥੇ ਅਕਾਲ ਤਖਤ ਦੀ ਮਰਿਆਦਾ ਹੀ ਨਹੀਂ ਲੱਗੂ ਤੇ ਪਤਾ ਸਟੇਟਮੈਂਟ ਸੁਣੋ ਜਥੇਦਾਰ ਜੀ ਦੀ ਇੱਕ ਸਟੇਟਮੈਂਟ ਹੈ ਕਹਿੰਦੇ ਜੀ ਜੇ ਅਕਾਲ ਤਖਤ ਕੋਈ ਵੀ ਆਉਂਦਾ ਹੈ ਉਹ ਵੱਡਾ ਹੋ ਜਾਂਦਾ ਛੋਟਾ ਨਹੀਂ ਹੁੰਦਾ ਵੱਡਾ ਹੋ ਜਾਂਦਾ ਬੰਦਾ ਘੱਟ ਥੋੜਾ ਜਾਂਦਾ ਵੱਧ ਜਾਂਦਾ ਹੈ ਆਓ ਵੱਡੇ ਹੋਵੋ ਵੱਡਾ ਹੋ ਜਾਂਦਾ ਬੰਦਾ ਤੇ ਮੈਂ ਜਥੇਦਾਰ ਜੀ ਨੂੰ ਕਹਿਣਾ ਚਾਹੁੰਦਾ ਕਈ ਨੇ ਜਿਹੜੇ ਛੋਟੇ ਹੋ ਗਏ ਇਹਨਾਂ ਨੂੰ ਵੱਡੇ ਕਰੋ ਕਈਆਂ ਨੂੰ ਸੱਦੋ ਵੱਡੇ ਕਰ ਦਿਓ ਇਹਨਾਂ ਨੂੰ ਕਈਆਂ ਦੀ ਇੱਜ਼ਤ ਰੁੜੀ ਪਈ ਹੈ ਲੋਕ ਬੇਇੱਜ਼ਤੀ ਕਰਦੇ ਆ ਪੰਥਕ ਆਗੂ ਕਈ ਇਹੋ ਜਿਹੇ ਹੈ ਜਿਨ੍ਹਾਂ ਨੇ ਕੰਮ ਪੁੱਠੇ ਕੀਤੇ ਹੈ ਇਹਨਾਂ ਨੂੰ ਸੱਦੋ ਤੇ ਵੱਡੇ ਕਰੋ ਸਾਨੂੰ ਹੀ ਵੱਡਿਆਂ ਕਰਨਾ ਤੁਸੀਂ ਅਸੀਂ ਤੇ ਜਿੰਨੇ ਕੁ ਵੱਡੇ ਹੈਗੇ ਇੰਨੇ ਹੀ ਠੀਕ ਆ ਸਾਨੂੰ ਨਹੀਂ ਲੋੜ ਏਡੇ ਹੀ ਠੀਕ ਹੈ ਜਿੱਡੇ ਹੈਗੇ ਅਸੀਂ ਨਹੀਂ ਹੋਣਾ ਵੱਡੇ ਕਾਹਦੇ ਲਈ ਪੈਰਾਂ ਦੇ ਵਿੱਚ ਬੈਠੀਏ ਗੁਲਾਮੀ ਕਰੀ